ਜਸਵੀਰ ਮੰਡ ਦਾ ਨਾਵਲ 84 ਲੱਖ ਯਾਦਾਂ ਦਾ 15ਵਾਂ ਕੰਡ ਮੈਂ ਭੀੜ ਚੋਂ ਭੈਣ ਨੂੰ ਲੱਭ ਰਿਆ ਸਾਂ ਮੇਰਾ ਜੀ ਕਰਦਾ ਸੀ ਕੁਝ ਥੇਰ ਉਹਦੇ ਕੋਲ ਖੜਾ ਮੈਨੂੰ ਪਤਾ ਸੀ ਝਿਲ ਮਿਲ ਬਾਰੇ ਗੱਲ ਤੋਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਉਹ ਆਪ ਵਿਛੋੜਿਆਂ ਨਾਲ ਭਰੀ ਪਈ ਸੀ ਪਰ ਉਹਨੂੰ ਵਿਛੋੜਿਆਂ ਦਾ ਸਨਮਾਨ ਕਰਨਾ ਹੁੰਦਾ ਸੀ ਉਹਦੀਆਂ ਉਦਾਸ ਗੱਲਾਂ ਕੋਰ ਨਿਰਾਸ਼ਾਵਲ ਤੌਕਾ ਹੀ ਨਹੀਂ ਸੀ ਤੁਰਦੀਆਂ ਉਹਨੂੰ ਸੁਣ ਕੇ ਰੋਣ ਨੂੰ ਤਾਂ ਜੀ ਕਰਦਾ ਪਰ ਕਿਰਨਾ ਨਹੀਂ ਸੀ ਹੁੰਦੀ ਮਿਲਦੇ ਸਾਰ ਉਹਨੇ ਮੈਨੂੰ ਜਫੀ ਚ ਪਾ ਲਿਆ ਦੋਵੇਂ ਬੱਚਿਆਂ ਨੂੰ ਕਿਹਾ ਦੇਖੋ ਅਸਲੀ ਬਾਮੇ ਆਏ ਨੇ ਅੱਜ ਉਹ ਬੜਾ ਸੋਹਣਾ ਹੱਸੀ ਮੈਂ ਦੋਵੇਂ ਬੱਚਿਆਂ ਨੂੰ ਗੋਦੀ ਚ ਚੁੱਕ ਲਿਆ ਮੇਰੀ ਬੱਖੀ ਚ ਖਿਸਕਦੀ ਅਸਾਲਟ ਫਿਰ ਕੀ ਨੇ ਸੰਭਾਲ ਲਈ ਭੈਣ ਨੇ ਬੋਲਣਾ ਸ਼ੁਰੂ ਕਰਤਾ ਚਿਲਮਿਲ ਸਾਡਾ ਵੀਰਤਾ ਉਹਨੇ ਸਾਨੂੰ ਜ਼ਿਆਦਾ ਦੇਰ ਭੈਣ ਨਹੀਂ ਰਹਿਣ ਦਿੱਤਾ ਉਹਨੇ ਲੰਬਾ ਸਾ ਲਿਆ ਜਦ ਚੰਗੇ ਵੀਰ ਮਿਲਣ ਲੱਗੇ ਤਾ ਵਿੱਚ ਛੋੜੇ ਚੰਦਰੇ ਪੱਲੇ ਪਹਿਣ ਲੱਗ ਪਏ ਉਨੇ ਮੇਰੇ ਵੱਲ ਹੋਰ ਧਿਆਨ ਨਾਲ ਵੇਖਿਆ ਆਪਣੇ ਆਪ ਨੂੰ ਸੰਭਾਲ ਵੀਰ ਹੁਣ ਮੈਂ ਉਹਨੂੰ ਉਹਦੇ ਵਾਂਗ ਵੇਖਿਆ ਹੋਰ ਕਿਆ ਭੈਣ ਹੋਰ ਹੁਣ ਘਰ ਬਸਾ ਲਵਾ ਸੁਣ ਕੇ ਉਹਨੇ ਸਭੋਂ ਹੋਰ ਗੰਭੀਰਤਾ ਨਾਲ ਮੇਰੇ ਵੱਲ ਵੇਖਿਆ ਹੁਣ ਕੁਝ ਕਹਿਣਾ ਚਾਹਿਆ ਫਿਰ ਆਪਣੀ ਚੁੱਪ ਚੋਂ ਚੋਣ ਕਰਨ ਲਈ ਮੈਨੂੰ ਸਮਾਂ ਦਿੱਤਾ ਭੈਣ ਇੱਕ ਮੌਤ ਲਾੜੀ ਤਾਂ ਹੁਣ ਬਣ ਗਈ ਭਾਵੇਂ ਤੇਰੀ ਭਾਬੀ ਨਾ ਹੀ ਆਵੇ ਇਹ ਮੌਤ ਚੰਦਰੀ ਤੁਸੀਂ ਭੈਣਾ ਦੀ ਭਾਬੀ ਬਣਾਤੀ ਕਦੇ ਵੀਰਾ ਨੇ ਇਸ ਤਰ੍ਹਾਂ ਡਰਾਇਆ ਹੋਣਾ ਭੈਣਾਂ ਨੂੰ ਉਹ ਅੱਖਾਂ ਭਾਰਾਈ ਸੀ ਜੀ ਕੀਤਾ ਮੈਂ ਵੀ ਉਹਦੇ ਸਾਹਮਣੇ ਅੱਖਾਂ ਭਾਰਾਵਾਂ ਤੇ ਉਹਨੂੰ ਕਹਾ ਵੀਰ ਆਪਣੇ ਲਈ ਫੇਰ ਕੋਈ ਹੱਡਮਾਸ ਦੀ ਭਾਬੀ ਲਿਆ ਦੇਣਾ ਪਰ ਭੈਣ ਕੁਝ ਵੀ ਨਹੀਂ ਬੋਲੀ ਮੈਂ ਵੇਖਦਾ ਰਿਹਾ ਇੰਤਜ਼ਾਰ ਕਰਦਾ ਰਿਹਾ ਇਹ ਭੈਣ ਕੀ ਦੀ ਰੱਖਿਆ ਲਈ ਚੁੱਪ ਕਰ ਗਈ ਸੀ ਫਿਰ ਉਹਦੀ ਆਵਾਜ਼ ਸੁਣੀ ਜੋ ਬਿਲਕੁਲ ਬਦਲ ਗਈ ਸੀ ਉਹ ਵੀਰ ਤੂੰ ਥੱਕਿਆ ਨਹੀਂ ਨਿਆਣਿਆਂ ਨੂੰ ਗੋਦੀ ਤੇ ਉਤਾਰਦੇ ਮੈਂ ਹੁਣ ਵੀ ਇੰਤਜ਼ਾਰ ਕੀਤਾ ਬੱਚੇ ਵੀ ਤਾਂ ਕਿਸੇ ਭਾਬੀ ਦੀ ਯਾਦ ਕਰਵਾ ਸਕਦੇ ਸਨ ਮੈਂ ਆਖਰੀ ਵਾਰ ਭੈਣ ਵੱਲ ਵੇਖਿਆ ਘਟੋ ਘਟ ਉਹਨੇ ਛੇਲ ਮਿਲਦੀ ਮੌਤ ਨੂੰ ਘਟਨਾ ਤਾਂ ਨਹੀਂ ਸੀ ਬਣਨ ਦਿੱਤਾ ਇਹ ਘਟਨਾਵਾਂ ਚੁਲਜੀਆਂ ਮੌਤਾਂ ਬਹੁਤ ਸਤਾਉਂਦੀਆਂ ਨੇ ਇਸ ਵਾਰੀ ਉਹ ਮੇਰੇ ਬਹੁਤ ਨਜ਼ਦੀਕ ਆਈ ਉਹਨੇ ਪਹਿਲੀ ਵਾਰ ਮੇਰੇ ਸਿਰ ਉੱਪਰ ਹੱਥ ਫੇਰਿਆ ਪਰ ਮੇਰੇ ਨਾਲ ਅੱਖ ਨਹੀਂ ਮਿਲਾਇ ਪਤਾ ਨਹੀਂ ਕਿਸ ਗੱਲ ਦੀ ਮਾਫੀ ਮੰਗ ਰਹੀ ਸੀ ਪਰੇ ਸਵਾਰੀ ਮੇਰੀਆਂ ਅੱਖਾਂ ਗਿੱਲੀਆਂ ਹੋ ਗਈਆਂ ਸਨ ਉਨੇ ਮੇਰੇ ਵੱਲ ਪਿੱਟ ਕਰ ਲਈ ਸੀ ਪਲਟ ਕੇ ਵੇਖਿਆ ਵੀ ਨਹੀਂ ਸੀ ਕੋਈ ਸਰਕਦਾ ਅਹਿਸਾਸ ਦੁਬਾਰਾ ਅਨੁਭਵ ਦੀ ਸ਼ਰਨ ਚਾਉਣਾ ਚਾਹੁੰਦਾ ਸੀ ਅਜੇ ਕਈ ਹੋਰ ਅਨੁਭਵ ਅਹਿਸਾਸਾਂ ਕੋਲ ਨਾ ਜਾਣ ਦੀ ਜ਼ਿੱਦ ਕਰਨ ਲੱਗੇ ਅਜੇ ਵੇਲੇ ਮੇਰੇ ਕੋਲ ਕਈ ਵਿਕਲਪ ਸਨ ਜਿਵੇਂ ਮਰਦੇ ਮਰਦੇ ਬਚ ਜਾਣਾ ਅਜੇ ਅਨੁਭਵ ਬਿਨਾਂ ਰੋਕ ਟੋਕ ਐਸਾਸਾਂ ਵੱਲ ਭੱਜ ਲੈਂਦੇ ਨਹੀਂ ਕਿਉਂਕਿ ਉਸ ਤੋਂ ਬਿਨਾਂ ਅਜੇ ਅਨੁਭਵਾਂ ਨੂੰ ਹੋਰ ਕਿਸੇ ਨੇ ਹੀ ਸਾਹਮਣਾ ਸਾਡੀਆਂ ਯਾਦਾਂ ਕੋਲ ਸਿਰਫ ਯਾਦਾਂ ਹੀ ਨਹੀਂ ਸਨ ਵੇ ਕਲਪ ਵੀ ਬਹੁਤ ਸਾਰੇ ਜੋ ਜਿਉਣ ਲਈ ਥੋੜੀ ਦੇਰ ਤੱਕ ਤਾਜ਼ਗੀ ਪਰ ਸਕਦੇ ਸਨ ਇਹ ਮਰਦੇ ਮਰਦੇ ਬਚ ਜਾਣਾ ਸਾਡੇ ਜੀਵਨ ਦੀ ਓਟ ਦਾ ਜੀ ਬਹਿਸਾਸ ਹੈ ਇਹਦੇ ਵਿੱਚ ਅਸੀਂ ਅਨੰਤ ਖਤਰਿਆਂ ਨੂੰ ਪਾਰ ਕੀਤਾ ਸੀ ਅਹਿਸਾਸਾਂ ਕੋਲੋਂ ਤਾਜ਼ਗੀ ਲੈ ਕੇ ਦੁਬਾਰਾ ਆਉਣਾ ਅਨੁਭਵਾਂ ਨੂੰ ਕਮਲੀ ਤੌਰ ਦਿੱਤਾ ਸੀ ਜੋ ਪਹਿਲੀ ਨਜ਼ਰੇ ਅਹਿਸਾਸਾਂ ਵਰਗੇ ਹੀ ਲੱਗਦੇ ਸਨ ਪਹਿਲੀ ਵਾਰ ਸਾਨੂੰ ਅਹਿਸਾਸਾਂ ਨੇ ਸ਼ੱਕ ਦੀ ਨਜ਼ਰ ਨਾਲ ਵੇਖਿਆ अनुभव जदम खाली हाथ मुड़दे ओदौ ਭੈਣ ਦੀ ਪਿੱਠ ਵਰਗੇ ਜਾਪਦੇ ਮੈਂ ਭੈਣ ਨੂੰ ਆਪਣੇ ਵੱਲ ਮੂੰਹ ਕਰਨ ਲਈ ਕਹਿੰਦਾ ਉਤੋਂ ਪਹਿਲਾਂ ਫਿਰ ਕੀ ਨੇ ਮੈਨੂੰ ਦੀਪ ਬਾਬੇ ਹੋਰਾਂ ਦਾ ਸੁਨੇਹਾ ਪੁਝਾ ਦਿੱਤਾ ਮੈਂ ਭੈਣ ਨੂੰ ਬਿਨਾਂ ਕੁਝ ਬੋਲੇ ਵਾਪਸ ਮੜਾਇਆ ਸੀ ਰਸਤੇ 'ਚ ਮੈਨੂੰ ਲੋਹਾਰਾ ਪਿਸ਼ੋਰਾ ਜੈਲੇ ਬਾਬੇ ਨਾਲ ਗੱਲਾਂ ਕਰਦੇ ਮਿਲੇ ਉਹਨਾਂ ਕੋਲ ਅੰਗਿਆਰਾ ਵੀ ਖੜਾ ਸੀ ਪਰ ਜ਼ਿਆਦਾ ਦੇਰ ਮੈਂ ਉਹਨਾਂ ਕੋਲ ਖੜਿਆ ਨਹੀਂ ਅੱਜਕੱਲ੍ਹ ਲੋਹਾਰੇ ਪਿਸ਼ੋਰੇ ਦੀ ਵੀ ਬਹੁਤ ਚਰਚਾ ਸੀ ਦੋਵੇਂ ਅਧਖੜ ਉਮਰ ਦੇ ਭਾਈ ਐਦਾਂ ਜਾਪਦੇ ਜਿਵੇਂ ਕੋਈ ਛੜਾ ਘਰੋਂ ਲੜਕੇ ਮਾਮਿਆਂ ਕੋਲ ਸ਼ਿਕਾਇਤਾਂ ਲਾਉਣ ਆਇਆ ਹੋਵੇ ਮੈਂ ਉਹਨਾਂ ਬਾਰੇ ਕੋਈ ਹੋਰ ਕਲਪਨਾ ਵੀ ਨਹੀਂ ਸੀ ਕਰਨਾ ਚਾਹੁੰਦਾ ਸਿਰਫ ਜੇਲੇ ਨੇ ਮੈਨੂੰ ਇੱਕ ਗੱਲ ਪੁੱਛੀ ਸੀ ਜੋ ਪਹਿਲਾਂ ਹੀ ਸਭ ਨੂੰ ਪਤਾ ਸੀ ਛਿਲ ਮਿਲ ਦੀ ਸ਼ਹੀਦੀ ਤੇਰੀ ਗੋਦੀ 'ਚ ਹੋਈ ਸੀ ਹਾਂ ਬਹੁਤ ਕਿਸਮਤ ਵਾਲਾ ਐ ਤੂੰ ਇੱਕ ਵਾਰ ਮੇਰਾ ਜੀ ਕੀਤਾ ਕਿ ਉਹਨੂੰ ਪੁੱਛਾਂ ਕਿ ਉਸ ਦਿਨ ਛਿਲ ਮਿਲ ਨੂੰ ਤੂੰ ਕੀ ਪੁੱਛਿਆ ਸੀ ਤੇਰਾ ਪਰਿਵਾਰ ਮਾਰਿਆ ਕਿ ਸ਼ਹੀਦ ਹੋਇਆ ਫਰੋ ਤੋਂ ਪਹਿਲੇ ਅੰਗਿਆਰੇ ਦੀ ਆਵਾਜ਼ ਆਈ ਛਿਲਮਿਲ ਘਰੋਂ ਕੋਈ ਆਇਆ ਕੋਈ ਬਚਿਆ ਹੀ ਨਹੀਂ ਉਹਦੀ ਮੰਗੇਤਰ ਆਈ ਏ ਇਹ ਆਵਾਜ਼ ਪੂਰੀ ਸੁਣਨ ਲਈ ਮੈਂ ਉਹ ਚਿਹਰਾ ਲੱਭਿਆ ਅੱਛਿਆ ਸਿੰਘਣੀ ਵੀ ਆਈ ਏ ਜੈਲੇ ਬਾਬੇ ਦੀ ਆਵਾਜ਼ ਵੀ ਚੰਗੀ ਲੱਗੀ ਫਿਰ ਫਿਰ ਕੀ ਮੈਨੂੰ ਦੀਪ ਬਾਬੇ ਹੋਰਾਂ ਦਾ ਸੁਨੇਹਾ ਯਾਦ ਕਰਾਉਂਦਾ ਆਪਣੇ ਨਾਲ ਲੈ ਤੁਰਿਆ ਪਰ ਅੱਜ ਮੈਂ ਛਿਲਮਿਲ ਦੀ ਮੰਗੇਤਰ ਨੂੰ ਮੇਲੇ ਬਿਨਾ ਨਹੀਂ ਜਾਵਾਂਗਾ ਬਗਲ ਦੇ ਸਭ ਤੋਂ ਅਖੀਰਲੇ ਖੁੰਜ ਜਿੱਥੇ ਮੈਨੂੰ ਦੀਪ ਬਾਬਾ ਪੰਜ ਛੇ ਬੰਦਿਆਂ ਵਿੱਚ ਘਾਰ ਘੜਾ ਦਿਸਿਆ। ਉਹਨਾਂ ਬੰਦਿਆਂ ਦੇ ਆਲੇ ਦੁਆਲੇ ਇੱਕ ਹੋਰ ਹਥਿਆਰਬੰਦ ਘੇਰਾ ਸੀ। ਜਿਸ 'ਚ ਸਭ ਅਣਦਾੜੀੇ ਸਨ। ਘੇਰੇ ਨੂੰ ਪਾਰ ਕਰਨ ਲਈ ਮੈਨੂੰ ਸਭ ਕੋਲੋਂ ਲੰਘਣਾ ਪਿਆ। ਕੋਈ ਗੰਭੀਰ ਗੱਲ ਚੱਲ ਰਹੀ ਸੀ। ਇਸ ਕਰਕੇ ਸਭ ਨੇ ਸਿਰਫ ਸੇਰੀ ਹਿਲਾਏ। ਫਿਰ ਕੀ ਮੈਨੂੰ ਛੱਡ ਕੇ ਬਾਹਰ ਘੇਰੇ 'ਚ ਚਲਾ ਗਿਆ ਸੀ। ਸਾਡੇ 'ਚ ਦੋ ਚੋਟੀ ਦੇ ਜਥੇਦਾਰ ਖੜੇ ਸਨ। ਜਿਨ੍ਹਾਂ ਦੇ ਮੈਂ ਸਿਰਫ ਨਾਂ ਹੀ ਸੁਣੇ ਸਨ। ਅੱਜ ਪਹਿਲੀ ਵਾਰ ਦੀਪ ਬਾਬਾ ਉਹਨਾਂ ਨਾਲ ਸੰਵਾਦ ਰਚਾਉਂਦਾ ਵੇਖਿਆ ਦੀਪ ਬਾਬੇ ਨੂੰ ਉਹ ਗੰਭੀਰਤਾ ਨਾਲ ਸੁਣ ਰਹੇ ਸਨ ਉਹ ਵਾਪਰ ਚੁੱਕੇ ਤੇ ਵਾਪਰ ਰਹੇ ਲਈ ਫਿਕਰਮੰਦ ਜਾਪਦੇ ਸਨ ਮੈਂ ਕਈ ਵਾਰੀ ਬਾਬੇ ਵੱਲ ਸਾਹਸ ਨਾਲ ਵੇਖਿਆ ਅੱਜ ਉਹਦੀ ਆਵਾਜ਼ 'ਚ ਅਜੀਬ ਕਿਸਮ ਦੀ ਕੜਾਈ ਸੀ ਇਦਾਂ ਦੇ ਸਵਾਲ ਉਹ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਕਰ ਸਕਦਾ ਸਭ ਕੁਝ ਤੁਹਾਡੇ ਹੱਥਾਂ ਤੋਂ ਬਾਹਰ ਕਿਵੇਂ ਚਲਾ ਗਿਆ ਬਾਬਾ ਅਸੀਂ ਸਮਝਿਆ ਸੀ ਇਹ ਅਕਾਲ ਤਖਤ ਦੇ ਢੈਣ ਦਾ ਗੁੱਸਾ ਹੈ ਉਤਰ ਜਾਏਗਾ ਗੁਰੂ ਆਪੇ ਠੰਡ ਪੱਖਸ਼ ਦੇਗਾ। ਸ਼ੁਰੂ 'ਚ ਅਸੀਂ ਵੀ ਤਾਂ ਇਦਾਂ ਹੀ ਗੁਸੈਲ ਹੋਏ ਸੀ ਕਿਸੇ ਨੂੰ ਦੁੱਖ 'ਚ ਤੜਫਦਾ ਵੇਖ ਝੜ ਗਿਆ ਵੀ ਕੰਨੀ ਜਾ ਸਕਦਾ। ਪਰ ਕੋਈ ਆਪਣੀ ਘਿਰਨਾ ਨੂੰ ਅਕਾਲ ਤਖਤ ਦੇ ਸਦਮੇ 'ਚ ਰਲਾ ਲਏਗਾ ਇਹ ਸਾਨੂੰ ਪਤਾ ਨਹੀਂ ਸੀ। ਇਹ ਪਿੱਛੇ ਖੜਾ ਦੂਜਾ ਜਥੇਦਾਰ ਬੋਲਿਆ ਸੀ ਸਾਰੇ ਗੁਸੈਲ ਸਿੰਘ ਆਪਣੇ ਆਪ ਨੂੰ ਵਾਪਸ ਨਹੀਂ ਮੋੜ ਸਕੇ। ਠੀਕ ਹੈ ਅਸੀਂ ਮੰਨਦੇ ਆ। ਸਿੱਖਾਂ ਲਈ ਇਹ ਸਹਿਣ ਯੋਗ ਸਦਮਾ ਨਹੀਂ ਸੀ। ਇੱਕ ਸਦਮਾ ਗੁਰੂ ਦੀ ਸ਼ਰਨ 'ਚ ਲੈ ਕੇ ਜਾਣਾ ਸੀ। ਸੱਚੇ ਪਾਤਸ਼ਾਹ ਦੇ ਹੁਕਮ ਦੀ ਉਡੀਕ ਕਿਉਂ ਨਹੀਂ ਕੀਤੀ ਦੀਪ ਬਾਬੇ ਨੇ ਉਹਨਾਂ ਵੱਲ ਵੇਖਿਆ ਹਾਂ ਅਸੀਂ ਗੁਰੂ ਦੇ ਹੁਕਮ ਸੁਣਨ ਵੇਲੇ ਧੀਰਜ ਨਹੀਂ ਰੱਖਿਆ ਜਥੇਦਾਰ ਗੰਭੀਰ ਹੋ ਗਿਆ ਸੀ ਸਟੇਟ ਤੇ ਖੜਗੂਆਂ ਕੋਲੋਂ ਲੋਕ ਇੱਕੋ ਜਿੰਨਾ ਡਰਨ ਇਹ ਡਰ ਤੁਸੀਂ ਕਿੱਥੋਂ ਸਿੱਖੇ ਬਾਬਾ ਦੀਪ ਜਜ਼ਬਾਤੀ ਹੋ ਗਿਆ ਸੀ ਉਹਨੇ ਲੰਬਾ ਸਮਾਂ ਲੈ ਕੇ ਗੱਲ ਜਾਰੀ ਰੱਖੀ ਜਰਾ ਕਲਪਨਾ ਕਰਿਓ ਜੇ ਮੁਗਲਾਂ ਤੇ ਸਿੰਘਾਂ ਤੋਂ ਲੋਕ ਇੱਕੋ ਜਿੰਨਾ ਡਰਦੇ ਪਰ ਹੁਣ ਜਿਨ੍ਹਾਂ ਨੂੰ ਅਸੀਂ ਮੂਡ ਨਾਲ ਚਾਹੁੰਦੇ ਆ ਸਾਡੇ ਹੱਥੋਂ ਨਿਕਲ ਚੁੱਕੇ ਨੇ ਪਹਿਲੇ ਜਥੇਦਾਰ ਦੀ ਹਾਲੇ ਗੱਲ ਮੁੱਕੀ ਨਹੀਂ ਸੀ ਕਈ ਵਾਰ ਬਾਬਾ ਸਾਨੂੰ ਲੱਗਦਾ ਸੀ ਆਮਸ ਸਿੰਘ ਨਾਲੋਂ ਵੀ ਘੱਟ ਤਾਕਤਵਾਰ ਸਾਡੇ ਨਾਲ ਕੁਝ ਹੋਰ ਹੀ ਜੁੜ ਕੇ ਸਾਨੂੰ ਭਾਰੀ ਬਣਾ ਰਿਹਾ ਹੈ ਉਹਨੇ ਲੰਮਾ ਸਾਹ ਲਿਆ ਸਾਡਾ ਹੋਣਾ ਸਿਰਫ ਹਤਿਆਵਾਂ ਨਾਲ ਹੀ ਜੋੜ ਦਿੱਤਾ ਗਿਆ ਬਹੁਤ ਸਾਰੀਆਂ ਹਤਿਆਵਾਂ ਸਿਰਫ ਏਜੰਸੀਆਂ ਕਰਾ ਰਹੀਆਂ ਪਰसों 14 ਭਈਏ ਮਾਰੇ ਉਹਦੇ ਵਿੱਚ ਸਾਡਾ ਕੋਈ ਹੱਥ ਹੀ ਨਹੀਂ ਉਹ ਏਰੀਆ ਮੇਰੀ ਨਿਗਰਾਨੀ ਹੇਠ ਹੈ ਨਾ ਮੇਰਾ ਲੱਗ ਰਿਹਾ ਕੋਈ ਸੱਚ ਦੇ ਸਾਹਸ ਨਾਲ ਖੜੀ ਨਹੀਂ ਰਿਹਾ ਪਰ ਤੁਸੀਂ ਵੇਖੋ ਨਾ ਮੈਨੂੰ ਯਾਦ ਕਰਕੇ ਕੋਈ ਕਿੰਨਾ ਦਹਿਲ ਰਿਹਾ ਹੋਏਗਾ ਥੋੜੀ देर ਚੁੱਪ ਵਰਤ ਗਈ ਬਾਬੇ ਦੀਪ ਦੇ ਚਿਹਰੇ ਤੇ ਥੋੜੀ ਧਾਰਸ ਆ ਗਈ ਸੀ ਅਸੀਂ ਹੁਣੇ ਕੁਝ ਅਹਿਸਾਸ ਪੈਦਾ ਕੀਤੇ ਮੰਨਿਆ ਕੁਝ ਇੱਕ ਆਸ਼ੀਰਵਾਦਾਂ ਦੀ ਸੰਭਾਵਨਾ ਪੈਦਾ ਕਰ ਲਈ ਹੈ ਗੁਰੂ ਸਿਰ ਤੇ ਹੱਥ ਜ਼ਰੂਰ ਰੱਖੇਗਾ ਉਹ ਫਿਰ ਚੁੱਪ ਕਰ ਗਿਆ ਸ਼ਾਇਦ ਉਹ ਕਿਸੇ ਦੁੱਖ ਦੀ ਰਾਗ ਉੱਤੇ ਹੱਥ ਰੱਖਣਾ ਚਾਹੁੰਦਾ ਸੀ ਚੁੱਪ ਲੰਬੀ ਹੋ ਰਹੀ ਸੀ ਸਾਡੇ ਲਈ ਜਿਹੀ ਚੁੱਪ ਉਹ ਵੀ ਬਹੁਤ ਉਕਸਾਉਣ ਵਾਲੀ ਹੁੰਦੀ ਹੈ ਸਾਨੂੰ ਆਪਣੇ ਪ੍ਰਤੀਕਰਮ ਹੱਕ ਵਾਂਗ ਵਰਤਣ ਦੀ ਆਦਤ ਪੈ ਚੁੱਕੀ ਸੀ ਇਸ ਕਰਕੇ ਇੱਕ ਜਥੇਦਾਰ ਦੀ ਆਵਾਜ਼ ਇਸ ਵਾਰੀ ਥੋੜੀ ਤਲਖ ਸੁਣੀ ਚੁੱਪ ਕਿਉਂ ਕਰ ਗਏ ਮੈਂ ਚੁੱਪ ਨਹੀਂ ਕਰਿਆ ਅਸੀਂ ਚੁੱਪ ਹੋਣਾ ਭੁੱਲ ਗਏ ਹਾਂ ਬਾਬੇ ਦੀਪ ਨੇ ਉਹ ਸਾਹ ਲੈ ਲਿਆ ਜਿਸ ਤੋਂ ਬਾਅਦ ਇਦਾਂ ਹੀ ਕਿਹਾ ਜਾ ਸਕਦਾ ਸੀ ਜਦ ਦੋਵੇਂ ਪਾਸਿਆਂ ਦੇ ਝੂਠ ਸੱਚ ਬੋਲਣ ਲੱਗ ਜਾ ਹੁਣ ਫਿਰ ਹਿਰਦਿਆਂ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਹੈ। ਇੱਕ ਅਜੀਬ ਜਿਹੀ ਹਿਲਜੁਲ ਹੋਈ। ਅਕਸਰ ਬਾਬਾ ਦੀਪ ਜਈ ਨਰਾਜ਼ਗੀ ਸਿਹੇੜ ਹੀ ਲੈਂਦਾ ਹੈ। ਪਰ ਇਸ ਤੇ ਜੋ ਗੁੰਝਲਦਾਰ ਸੀ ਉਹਨੂੰ ਸਪਸ਼ਟਤਾ ਦੇ ਗਿਲੇ ਨਾਲ ਹੀ ਕਿਹਾ ਜਾ ਸਕਦਾ ਸੀ। ਸਾਡੇ ਵਾਲਾ ਪਾਸਾ ਝੂਟ ਕਿਵੇਂ ਹੋਇਆ? ਨਾਲੇ ਸਾਡੇ ਹਿਰਦੇ ਬਲੁੰਦਰੇ, ਸਾਡੇ ਕਾਲਜੇ ਉੱਪਰ ਟੈਂਕ ਚੜਾਏ। ਫਿਰ ਵੀ ਸਾਡਾ ਵਾਲਾ ਪਾਸਾ ਝੂਠਾ ਹੀ ਰਿਹਾ। ਬਾਬਾ ਦੀਪ ਚੁੱਪਚਾਪ ਸੁਣਦਾ ਰਿਹਾ। ਸਭ ਨੇ ਇਹਦੇ ਨਾਲ ਦੇ ਮਿਲਦੇ ਜੁਲਦੇ ਸਵਾਲ ਕੀਤੇ। ਹਰੀ ਸਵਰੀ ਬਾਬਾ ਦੀ ਪੂਰੀ ਤਸੱਲੀ ਚ ਸੀ ਉਹ ਕੁਝ ਕਹਿਣ ਦੀ ਹਾਲ ਵਿੱਚ ਵੀ ਨਹੀਂ ਸੀ ਤੁਸੀਂ ਸ਼ੁਰੂ ਚ ਕਿਹਾ ਸੀ ਨਾ ਕਿ ਅਸੀਂ ਅਕਾਲ ਤਖਤ ਦਾ ਸਦਮਾ ਆਪਣੀ ਕਿਰਨਾਂ ਨੂੰ ਸੌਂਪ ਦਿੱਤਾ ਹੈ ਕਿਹਾ ਉਸ ਕਿਰਨਾਂ ਦੇ ਝੂਠ ਦੀ ਗੱਲ ਕਰਦਾ ਮੈਂ ਇਹ ਤਾਂ ਉਹ ਜੀ ਜੇ ਉਹਨਾਂ ਅਕਾਲ ਤਖਤ ਨੂੰ ਮਾੜੀ ਨਜ਼ਰ ਨਾਲ ਦੇਖਿਆ ਉਹਦੇ ਤੇ ਮਾਮਲਾ ਕੀਤਾ ਅਚਾਨਕ ਭੀੜ ਵਿੱਚ ਲਈ ਕੁਝ ਲੋਕ ਆਪਸ ਵਿੱਚ ਉਲਝ ਪਏ ਸੀ ਕੁਝ ਇੱਕੇ ਸੰਤਾਲੀਆਂ ਸਿੱਧੀਆਂ ਹੋਈਆਂ ਪਰ ਫਾਇਰ ਕਰਨ ਲਈ ਜਗ੍ਹਾ ਨਹੀਂ ਸੀ ਮਿਲ ਰਹੀ ਕਈ ਦਸਤਾਰਾਂ ਉਤਰਦੀਆਂ ਦਿੱਸੀਆਂ ਸਾਨੂੰ ਜਥੇਦਾਰਾਂ ਦੇ ਸੇਵਕਾਂ ਨੇ ਘੇਰ ਲਿਆ ਸੀ ਥੋੜੀ ਦੇਰ ਬਾਅਦ ਪਤਾ ਲੱਗਾ ਜੈਲੇ ਬਾਬੇ ਹੋਰਾਂ ਦਾ ਜਥਾ ਕਿਸੇ ਮਾਝੇ ਵਾਲੇ ਜਥੇ ਨਾਲ ਉਲਝ ਪਿਆ ਸੀ ਜੈਲੇ ਦੀ ਦਸਤਾਰ ਉਤਰ ਗਈ ਸੀ ਕੁਝ ਚਿਹਰਿਆਂ ਉੱਤੇ ਲਹੂ ਵਗ ਰਿਆ ਸੀ ਜੈਲੇ ਦਾ ਜਥਾ ਸਾਡੇ ਜਥੇਦਾਰਾਂ ਕੋਲ ਸ਼ਿਕਾਇਤ ਲਾਉਣ ਪੁੱਜਾ ਦੋਵੇਂ ਪਾਸੇ ਉਹਨਾਂ ਦਲੀਲਬਾਜ਼ੀ ਚੱਲ ਰਹੀ ਸੀ ਗੱਲ ਸਿਰਫ ਝਿਲ ਮਿਲ ਦੀ ਮੰਗੇਤਰ ਨੂੰ ਸੰਧੂਰ ਲਾਉਣ ਤੋਂ ਵੱਧ ਸੀ ਉਹਨੂੰ ਗ੍ਰੰਥ ਸਾਹਿਬ ਅਗੇ ਸੰਧੂਰ ਲਾ ਕੇ ਬੈਠਣਾ ਚਾਹੀਦਾ ਹੈ ਜਾਂ ਨਹੀਂ ਤੇ ਜਦੋਂ ਝਿਲ ਮਿਲ ਦੀ ਮੰਗੇਤਰ ਤੋਂ ਪੁੱਛਿਆ ਗਿਆ ਤਾਂ ਪਤਾ ਲੱਗਿਆ ਕਿ ਉਹਨੂੰ ਤਾਂ ਹਾਲੇ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਝਗੜੇ ਵਾਲੀ ਜਗਾ ਅਰਦਾਸ ਕਰਕੇ ਦੋਵੇਂ ਧਿਰਾਂ ਨੇ ਆਪੋ ਆਪਣੀ ਗਲਤੀ ਮੰਨ ਲਈ ਸੀ ਇੱਕ ਅਹਿਮ ਗੱਲ ਜੋ ਜਥੇਦਾਰਾਂ ਤੇ ਬਬੀ ਦੀਪ ਵਿੱਚ ਚੱਲ ਰਹੀ ਸੀ ਮੁਕੰਮਲ ਹੋਏ ਬਿਨਾਂ ਪੂਰੀ ਸਮਝੀ ਗਈ ਕਿਉਂਕਿ ਕੁਝ ਫਾਇਰ ਹੋ ਗਏ ਸਨ ਇਸ ਕਰਕੇ ਹੁਣ ਸਭ ਨੂੰ ਇਥੋਂ ਛੇਤੀ ਜਗਾ ਬਦਲਣ ਲਈ ਕਹਿ ਦਿੱਤਾ ਗਿਆ ਸੀ ਮੈਂ ਭੀੜ 'ਚੋਂ ਫੇਰ ਭੈਣ ਨੂੰ ਲੱਭ ਰਿਆ ਸਾਂ ਮੇਰਾ ਜੀ ਕਰਦਾ ਮੈਂ ਭੈਣ ਨੂੰ ਛੇਲ ਮਿਲਦੀ ਮੰਗੇਤਰ ਨਾਲ ਵੇਖਾਂ ਅਜੇ ਕੁੱਚੇਰੇ ਵੇਖਣ ਲਈ ਮਨ ਤੜਪ ਉੱਠਦਾ ਹੈ ਵਿਛੋੜਿਆਂ ਨਾਲ ਭਰੀਆਂ ਸ਼ਕਲਾਂ ਆਪਣੇ ਵਰਗੀਆਂ ਝਾਪਣ ਲੱਗ ਪੈਂਦੀਆਂ ਨੇ ਫਿਰ ਭੈਣ ਨੇ ਜੋ ਆਖਰੀ ਵਾਰ ਪਿੱਠ ਕੀਤੀ ਸੀ ਉਹਨੂੰ ਇਸੇ ਤਰ੍ਹਾਂ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਕਈ ਵਾਰੀ ਕਿਹਾ ਜਾ ਚੁੱਕਾ ਕਿ ਛੇਤੀ ਤੋਂ ਛੇਤੀ ਇਹ ਥਾਂ ਖਾਲੀ ਕਰਦੇ ਹੁਣ ਬਹੁਤ ਘੱਟ ਲੋਕ ਰਹਿ ਗਏ ਸਨ ਗੁਰਦੁਆਰਿਆਂ ਵਾਲੇ ਪਾਸਿਓ ਮੈਨੂੰ ਭੈਣ ਦੀ ਝਲਕ ਪਈ ਉਹ ਕੁੜੀ ਕਿਸੇ ਦੇ ਦੋਵੇਂ ਹੱਥ ਫੜੀ ਖੜੀ ਸੀ ਜਦੋਂ ਮੈਂ ਕੋਲ ਪਹੁੰਚਿਆ ਦੋਵਾਂ ਦੀਆਂ ਅੱਖਾਂ ਚਤਰੂਆਂ ਸਨ ਭੈਣ ਉਹਨੂੰ ਸਭ ਕੁਝ ਸਮਝਾ ਚੁੱਕੀ ਸੀ ਹੁਣ ਸਿਰਫ ਕਹਿ ਹੋਣ ਲਈ ਕਹਿ ਹੋਏ ਲਈ ਸਾਹਸ ਜੁਟਾ ਰਹੀ ਸੀ ਭੈਣ ਨੇ ਮੇਰੇ ਵੱਲ ਵੇਖਿਆ ਤੱਕ ਨਹੀਂ ਪਰ ਮੈਂ ठान ਲਈ ਸੀ ਕਿ ਬਿਨਾਂ ਗੱਲ ਕੀਤੇ ਮੈਂ ਜਾਵਾਂਗਾ ਨਹੀਂ ਭੈਣ ਮੈਂ ਉਹ ਡੀਕ ਦੇ ਆਖਰੀ ਸਮੇਂ ਤੱਕ ਉਡੀਕਿਆ ਚਲ ਤੈਨੂੰ ਛੱਡ ਕੇ ਆਵਾਂ ਇਹ ਚੇਲ ਮਿਲਦੀ ਮੰਗੇਤਰ ਮੈਥੋਂ ਪੁੱਛਿਆ ਗਿਆ ਸੀ ਹਾਂ ਤੋ ਇੱਥੇ ਖੜਾ ਅਮਰਪਾਲ ਮੈਂ ਮੁੜ ਕੇ ਆਉਣੀ ਆ ਉਹ ਨੂੰ ਬਾਹੋਂ ਫੜ ਤੀਵੀਆਂ ਦੇ ਕੱਠ 'ਚ ਛੱਡ ਆਈ। ਵਾਪਸੀ ਵੇਲੇ ਇਦਾਂ ਮੇਰੇ ਵੱਲ ਤੁਰੇ ਆਉਂਦੀ ਦਿੱਸੀ ਜਿਵੇਂ ਕੁਝ ਹੋਇਆ ਹੀ ਨਾ ਹੋਇਆ। ਮੈਂ ਉਹਨੂੰ ਸੰਭਾਲ ਲਈ, ਮੈਂ ਹੈਰਾਨੀ ਨਾਲ ਵੇਖਿਆ ਪੁੱਛਣ ਨੂੰ ਜੀ ਕੀਤਾ। ਕਿਨੂੰ ਸੰਭਾਲ ਲਈ? ਉਹਦੇ ਪੇਕਿਆਂ ਨੂੰ ਸੰਭਾਲ ਲਈ। ਮੈਂ ਸੰਭੋ ਆਪਣੀ ਤੀਨ। ਉਹਨੇ ਮੇਰੇ ਵੱਲ ਵੇਖਿਆ। ਅਸੀਂ ਤਾਂ ਵਿਛੜੀਆਂ ਡਾਰਾਂ ਬਣ ਕੇ ਰਹਿ ਗਈਆਂ। ਕੋਈ ਹੋਰ ਨਾ ਬਣੇ। ਭੈਣ ਤੂੰ ਇਦਾਂ ਕਿਉਂ ਕਹਿੰਦੀ ਹੈ? ਤੇਰਾ ਤਾਂ ਪੂਰਾ ਪਰਿਵਾਰ ਹੈ। ਅਮਰਪਾਲ ਕੋਈ ਵਿਰਲਾ ਸਮਝ ਸਕਦਾ ਤੀਵੀ ਦੇ ਦਰਦ ਨੂੰ। ਸਾਡੇ ਕਾਲਜੇ ਨਹੀਂ ਸਹਿ ਸਕਦੇ ਭੈਣ ਤੂੰ ਹਰ ਵਾਰੀ ਇੱਕੋ ਗੱਲ ਕਹਿੰਦੀ ਰਹਿੰਨੀ ਹੈ ਜਿਸ ਦਿਨ ਤੈਨੂੰ ਵੀਰ ਮੰਨਣੋਂ ਹਟ ਗਈ ਨਾ ਫੇਰ ਨਹੀਂ ਕਦੇ ਕਹਾਂਗੇ ਉਹਨੇ 2-3 ਵਾਰ ਹੱਥ ਜੋੜ ਕੇ ਕਾਲਜੇ ਉੱਪਰ ਫੇਰੇ ਉਹ ਸੱਚ ਮੈਂ ਤਾਂ ਜਥੇਦਾਰ ਕੋਲੋਂ ਬੱਚੇ ਲੈਣੇ ਤੇ ਉਹ ਅਚਾਨਕ ਹੀ ਮੇਰੇ ਕੋਲੋਂ ਖਿਸਕ ਗਈ ਭੀੜ 'ਚ ਘੁੰਮਦੀ ਬੱਚਿਆਂ ਨੂੰ ਲੱਭਦੀ ਦੀ ਸੀ ਫੇਰ ਇਹਨਾਂ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਕੇ ਵੀ ਜਾਣਾ ਹੋਵੇਗਾ ਮੁੜ ਕੇ ਭੈਣ ਤਾਂ ਮੈਨੂੰ ਕਿਤੇ ਨਹੀਂ ਦੇਸੀ ਪਰ ਉਹਦੀਆਂ ਸਹੇਲੀਆਂ ਸਭ ਚਿਲ ਮਿਲਦੀ ਮੰਗੇਤਰ ਕੋਲ ਖੜੀਆਂ ਸੀ ਅਜੇ ਵੀ ਲਈਆਂ ਕੁੜੀਆਂ ਦਾ ਛਿਲਮਿਲਦੀ ਮੰਗੇਤਰ ਨੂੰ ਇਹ ਕਹਿਣਾ ਕਿੰਨਾ ਔਖਾ ਹੋਏਗਾ ਅੱਛਾ ਭੈਣੇ ਫਿਰ ਅਸੀਂ ਵੀ ਫਿਰ ਚੱਲਦੀਆਂ ਉਹ ਹੈਰਾਨੀ ਨਾਲ ਵੇਖਦੀ ਨਜ਼ਰਾਂ ਰਾਂਗੇ ਇੱਕ ਵਾਰੀ ਤਾਂ ਪੁੱਛੇਗੀ ਜ਼ਰੂਰ ਫਿਰ ਮੈਂ ਆਪਣੇ ਆਪ ਨੂੰ ਹੁਣ ਕਿੱਥੇ ਛੱਡਾਂ ਛਿਲਮਿਲਦੇ ਭੋਗ ਉੱਤੇ ਇੱਕ ਹੀ ਗੱਲ ਤੇ ਬਹੁਤ ਜ਼ੋਰ ਦਿੱਤਾ ਗਿਆ ਸੀ ਫਿਰ ਵੀ ਉਹਦੀ ਮੌਤ ਸਹੀ ਸ਼ਬਦਾਂ ਦੀ ਚੋਣ ਲਈ ਅਖੀਰਲੇ ਪਲਾਂ ਤੱਕ ਜੂਝਦੀ ਰਹੀ ਉਹ ਮੌਤ ਦੇ ਛਿਲਮਿਲਦੇ ਵਿਚਕਾਰ ਸਮੇਂ ਲਈ ਕੋਈ ਸ਼ਬਦ ਹੀ ਨਹੀਂ ਸੀ ਘੜ ਸਕਿਆ ਉਸ ਸਮੇਂ ਕੋਲ ਰੁਕ ਵੀ ਨਹੀਂ ਸੀ ਰਹੇ ਮੌਤ ਨੇ ਆਖਰ ਉਹ ਖੂਬਸੂਰਤ ਸਮਾਂ ਆਪਣੇ ਹਿੱਸੇ ਚ ਪਵਾ ਲਿਆ ਸੀ ਜਿਸ ਕਾਰਨ ਚਿਲਮਿਲ ਇਨਾ ਬਾਰ-ਬਾਰ ਯਾਦ ਆ ਰਿਆ ਸੀ ਵਾਪਸੀ ਤੇ ਕੁਝ ਸਮੇਂ ਲਈ ਮੈਂ ਦੀਪ ਕੋਲ ਦੀਪ ਬਾਬੇ ਕੋਲ ਖੜਿਆ ਸੀ ਹੁਣ ਤੱਕ ਉਹ ਲਗਭਗ ਇਕੱਲਾ ਰਹਿ ਗਿਆ ਸੀ ਅਸੀਂ ਦੋਵੇਂ ਹੁਣ ਤੱਕ ਚਿਲਮਿਲ ਬਾਰੇ ਕੋਈ ਗੱਲ ਨਹੀਂ ਸੀ ਕਰ ਸਕੇ ਫਿਰ ਹੱਥਾਂ ਚ ਲੰਘ ਗਿਆ ਚਿਲਮਿਲ ਦੀਪ ਬਾਬੇ ਨੇ ਪੁੱਛ ਕੇ ਆਪ ਹੀ ਉੱਤਰ ਵੀ ਦਿੱਤਾ ਇਹ ਚੰਗਿਆੜਿਆਂ ਵਰਗੇ ਚਿਹਰੇ ਅੱਗ ਬਲੂ ਅੱਗ ਬਾਲੂਗੇ ਤਾਂ ਇਹਨਾਂ ਨੇ ਤਾਂ ਨਿਕਲਣਾ ਹੀ ਨਿਕਲਣਾ ਹੈ। ਉਹਨੇ ਗੱਲ ਪੂਰੀ ਕਰਕੇ ਮੇਰੇ ਮੋਢਿਆਂ ਉੱਪਰ ਹੱਥ ਰੱਖ ਲਏ। ਇਹ ਅੱਗਾਂ ਦੇ ਦੂਤ ਨੇ ਅਮਰਪਾਲ ਇਹਨਾਂ ਬੜ ਕੇ ਉੱਡਣਾ ਹੀ ਹੁੰਦਾ ਹੈ। ਇਹ ਉੱਡਣੀ ਅੱਗਾਂ ਅਸੀਂ ਸੰਭਾਲ ਨਹੀਂ ਸਕੇ। ਇਸ ਸੇਕ ਕਿਸੇ ਅਰਥ ਲੱਗਣੇ ਚਾਹੀਦੇ ਸੀ। ਮੈਂ ਚੁੱਪ ਰਿਆ ਉਹਨੇ ਦੋਵੇਂ ਹੱਥਾਂ ਨਾਲ ਮੇਰੇ ਮੋਢੇ ਘੁੱਟ ਲਏ। ਉਹਨੂੰ ਵੀ ਸ਼ਾਇਦ ਸਹਾਰੇ ਦੀ ਬਹੁਤ ਲੋੜ ਸੀ। ਚੰਗੇ ਲੋਕ ਆਪਣੇ ਵਿੱਚ ਛੋੜੇ ਸਿਰਜ ਲੈਂਦੇ, ਰੋਕੇ ਹੋਏ ਵੀ ਨਹੀਂ ਰੁਕਦੇ। ਕੋਈ ਪੇਸ਼ ਨਹੀਂ ਜਾਂਦੀ। ਬਾਬਾ ਜਾਈ ਚੇਰੇ ਹੁਣ ਬਹੁਤ ਘੱਟ ਰਹਿ ਗਏ ਆਉਣ ਵਾਲੇ ਦਿਨਾਂ 'ਚ ਹੋਰ ਘਟਣਗੇ ਅਮਰਪਾਲ ਦਸ਼ਮੇਸ਼ ਦਾ ਪੁੱਤ ਬਣ ਮਨ ਹੌਲਾ ਨਹੀਂ ਕਰਨਾ ਅੱਜ ਉਹਨੇ ਅਜੀਬ ਜਿਹੀ ਹਰਕਤ ਕੀਤੀ ਸੀ ਅੱਗੇ ਤੱਕ ਇਹਦਾ ਇਦਾਂ ਕਰਦਾ ਨਹੀਂ ਸੀ ਉਹਨੇ ਹੰਜਵਾ ਨਾਲ ਰੋਂਦੀਆਂ ਅੱਖਾਂ ਨਾਲ ਗਾਉਣਾ ਸ਼ੁਰੂ ਕਰਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਦੁੱਧ ਬਿਨ ਰੋਗ ਰਜਾਈਆਂ ਦਾ ਉਡੜ ਨਾਗ ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਲੋਕ ਤਾਂ ਸਭ ਚਲੇ ਗਏ ਤਦ ਫਿਰਕੀ ਹੋਰੀ ਮੈਨੂੰ ਲੈ ਕੇ ਤੁਰੇ ਤਾਂ ਇੱਕ ਪਾਸੇ ਸਾਨੂੰ ਕੱਲਾ ਹੀ ਬਾਬਾ ਦੀਪ ਜਾਂਦਾ ਦਿਸਿਆ ਉਹ ਜਾਂਦਾ ਫਿਰਕੀ ਨੇ ਅਜੀਬ ਢੰਗ ਨਾਲ ਕਿਹਾ ਸੀ ਧੰਨਵਾਦ ਚਲਦਾ